ਸੰਤ ਮਹੱਲਾ ਤੀਜਾ ਦਿਨ ਸਤਿਗੁਰ ਸੇਵੇ ਜੀ ਤੇ ਬੰਦਨਾ ਸਾਹਿਬ ਸੰਗਤ ਜੀ ਜਿਵੇਂ ਕਿ ਸੰਗੀ ਸਿੱਧੇ ਪਾਤਸ਼ਾਹ ਦੀ ਸੇਵਾ ਨੂੰ ਇਸ ਪ੍ਰਖ ਤੋਂ ਹੁੰਦੀ ਉਹਨਾਂ ਦੇ ਜੀ ਦੇ ਤਾਈ ਬੰਧਨ ਹੀ ਪਏ ਰਹੇ ਕਰਤਾ ਭੁਗਤਾ ਦੇ ਹਲਕਾ ਮਮਤਾ ਦੇ ਵਿੱਚ ਹੋ ਮੈਂ ਕਰਮ ਕਮਾਰ ਕਰਮ ਕਮਾਉਂਦਾ ਹਲਕਾ ਜੀ ਮੈਂ ਇਹ ਕੀਤਾ ਹੈ ਮੈਂ ਇਹ ਕੀਤਾ ਜੇ ਮੈਂ ਨਾ ਕਰਦਾ ਤਾਂ ਇਹ ਕਾਰਜ ਪੂਰਾ ਨਹੀਂ ਸੀ ਹੋਣਾ ਤੇ ਹੋਮੇ ਦੇ ਸਾਹਿਬ ਕਰਮਾਂ ਨੂੰ ਕਮਾਉਂਦੇ ਰਹਿੰਦੇ ਹਨ ਮੇਰੇ ਸਤਿਗੁਰ ਸੇਵੇ ਥੌਰ ਨਾ ਪਾਵੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕਰੀ ਤੋਂ ਬਿਨਾਂ ਤਾਂ ਲੋਕ ਦੀ ਵੀ ਥਾਂ ਨਹੀਂ ਪਾਉਂਦੇ ਇੱਥੇ ਹਿਰਦੇ ਦੀ ਕਿਰਿਆ ਕਰਨ ਵਿੱਚ ਥਾਂ ਨਹੀਂ ਪਾ ਸਕਦੇ ਮਰ ਜਨਹਿ ਆਵਹਿ ਜਾਹਿ ਉਹ ਮੌਤ ਦੇ ਮਾਰੇ ਮੰਗਦੇ ਰਹਿੰਦੇ ਆ ਇਹ ਵਾਸ਼ਨਾ ਦੇ ਵਿੱਚ ਆਉਂਦੇ ਜਾਂਦੇ ਵਾਰ ਵਾਰ ਜਾਂਦੇ ਮਰਦੇ ਰਹਿੰਦੇ ਜਿੰਨੇ ਚੰਗੇ ਜਾਂਦੇ ਆ ਦਿਨ ਸਤਿਗੁਰ ਸੇਵੇਗਾ ਬੋਲਣਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਹਿਰ ਕਰੀ ਤੋਂ ਬਗੈਰ ਇੱਕ ਦੇਰ ਅਸੀਂ ਦੀਆਂ ਗੱਲਾਂ ਵੀ ਬੋਲਦੇ ਜਦੋਂ ਵੀ ਬੋਲਣਗੇ ਕਿਸੇ ਦਾ ਭਲਾ ਵੀ ਬੋਲਣਗੇ ਨਾਮ ਨਾ ਵਸੈ ਮਨ ਆ ਮਾਰੇ ਪੁਰਖਾਂ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਵਸ ਸਕਦਾ ਹੈ ਨਾਨਕ ਬਿਨ ਸਤਿਗੁਰੂ ਦੇਵੇ ਜੰਪੁਰ ਬੱਧੇ ਮਾਰੀਏ ਵੀ ਕਹਿੰਦੇ ਨੇ ਜਦੋਂ ਸਤਿਗੁਰਾਂ ਦੀ ਸੇਵਾ ਕਰੀ ਤੋਂ ਜਦੋਂ ਵੀ ਕੁੜੀ ਚ ਬੱਧੇ ਹੋਏ ਔਗਣਾਂ ਦੇ ਨਾਲ ਉਹ ਕੁੱਤੇ ਲੈਂਦੇ ਹਨ ਮੋਹ ਕਾਲਾ ਉੱਠਦਾ ਮੂੰਹ ਕਰਾ ਕੇ ਦੁਨੀਆਂ ਤੋਂ ਕਲੰਕ ਖੱਟ ਕੇ ਉੱਠ ਕੇ ਪ੍ਰਲੋਕ ਨੂੰ ਚਲੇ ਜਾਂਦੇ ਹੈ ਕਾਲੇ ਮੂੰਹ ਵਾਲੇ ਜੰਗਦੂਤਾਂ ਦੇ ਨਾਲ ਉੱਠ ਕੇ ਚਲੇ ਜਾਂਦੇ ਹਨ ਕਾਲ ਦੇ ਮੂੰਹ ਚ ਉੱਠ ਕੇ ਚਲੇ ਜਾਂਦੇ ਹਨ ਮਹੱਲਾ ਪਹਿਲਾ ਜਾਲੋ ਐਸੀ ਰੀਤ ਮਹਾਰਾਜ ਸਾਹਿਬ ਦੀ ਆਪਣੀ ਰਹਿਣੀ ਇਹ ਭਾਈ ਅਸੀਂ ਵੀ ਜਿਹੜੀ ਰੀਤੀ ਹੈ ਨਾ ਤੁਹਾਡੀ ਕੋਈ ਮਰਜ਼ਾਦਾ ਬਣਾਈ ਹੋਈ ਜਿਹਦੇ ਵਿੱਚ ਪਰਮੇਸ਼ਰ ਚੇਤੇ ਨਹੀਂ ਆਉਂਦਾ ਇਹ ਵੀ ਰੀਤ ਨੂੰ ਜਾਲ ਦਿਓ ਸਾੜ ਦਿਓ ਰੱਖ ਕੇ ਕੀ ਕਰਨੀ ਹੈ ਤੇ ਇਹ ਰੀਤੀ ਜਿਸ ਮੈਂ ਪਿਆਰਾ ਵੀ ਜਿਸ ਰੀਤੀ ਚ ਪਿਆ ਹੋਇਆ ਕ੍ਰੀਤੀ ਹੈ ਨਾ ਉਹ ਜਿਸ ਵਿੱਚ ਮੇਰਾ ਪਿਆਰਾ ਵਾਹਿਗੁਰੂ ਭੁੱਲ ਜਾਂਦਾ ਹੈ ਨਾਨਕ ਸਾਈ ਭਲੀ ਪ੍ਰੀਤ ਸਤਿਗੁਰੂ ਜੀ ਕਹਿੰਦੇ ਨੇ ਉਹੀ ਭਲੀ ਪ੍ਰੀਤੀ ਹੈ ਤੇ ਉਹੀ ਭਲੀ ਪਰ ਰੀਤੀ ਮਰਜ਼ਾਦਾ ਹੈ ਸਾਹਿਬ ਸੇਤੀ ਪਾਤਰ ਹੈ ਵਾਹਿਗੁਰੂ ਦੇ ਨਾਲ ਚਿੱਤੀ ਬਿਰਤੀ ਜੁੜੀ ਰਹੇ ਤੇ ਇੱਜਤ ਰਹੇ ਲੋਕ ਪ੍ਰਲੋਕ ਚ ਇੱਥੇ ਕਾਇਮ ਕ੍ਰੋਧ ਨੂੰ ਸੰਤਾਉਣ ਤੇ ਲੋਕ ਜਾਉਂਦੇ ਦੁੱਖ ਦੇਣ ਕਿਉਂ ਇੱਜਤ ਰਹੇ ਆਵੇ ਜਿਸ ਕਰਕੇ ਉਹ ਭਾਈ ਸੋਹਣੀ ਪ੍ਰੀਤੀ ਹੈ ਤੇ ਰੀਤੀ ਮਰਜ਼ਾਦਾ ਹੈ ਪਰ ਵਿਸ਼ੇਸ਼ ਕਰਕੇ ਪਾਉੜੀ ਹਰ ਇੱਕੋ ਦਾਤਾ ਸੇਵੀ ਹੈ ਦਾਤਾ ਇੱਕੋ ਅਕਾਲ ਪੁਰਖ ਹੀ ਹੈ ਹੋਰ ਕੋਈ ਨਹੀਂ ਸਭ ਮੰਗਦੇ ਹਨ ਇੱਕ ਅਕਾਲ ਪੁਰਖ ਦਾਤੇ ਦਾ ਭਾਈ ਸੇਵਨ ਕਰੀਏ ਹਰ ਇੱਕ ਧਿਆਈ ਹੈ ਪਰਮੇਸ਼ਰ ਨੂੰ ਮਨ ਕਰਕੇ ਧਿਆ ਕਾਲ ਬਿਰਤੀ ਕਰਕੇ ਧਿਆਉਣਾ ਕਰੀਏ ਹਰ ਇੱਕੋ ਦਾਤਾ ਮੰਗੀਏ ਬਾਣੀ ਕਰਕੇ ਦਾਤੇ ਦੇ ਪਾਸੋਂ ਮੰਗਣਾ ਕਰੀਏ ਮਨ ਕਹਿੰਦੇ ਆ ਪਾਈਏ ਇਸੇ ਮਹਾਰਾਜ ਤੇ ਭਰੋਸਾ ਰੱਖੋਗੇ ਫਿਰ ਮਨ ਦਾ ਇੱਕ ਫਲ ਪਾ ਲਓਗੇ ਜੇ ਨਾ ਭਰੋਸਾ ਹੋਵੇਗਾ ਜਿਵੇਂ ਇੱਕ ਵੈਸ਼ਨੂ ਸੀ ਉਹਦੀ ਝੁੱਗੀ ਨੂੰ ਅੱਗ ਲੱਗ ਗਈ ਅੱਗ ਲੱਗੀ ਤੋਂ ਪਹਿਲਾਂ ਉਹਨੇ ਸਾਧ ਸੰਗਤ ਜੀ ਵਿਸ਼ਨੂੰ ਭਗਵਾਨ ਨੂੰ ਧਿਆਇਆ ਵਿਸ਼ਨੂੰ ਜੀ ਤਿਆਰ ਹੋਏ ਰੱਖਿਆ ਕਰਨ ਨੂੰ ਉਹਨੇ ਕਿੰਨੇ ਲਾਲਾਂ ਵਾਲੇ ਨੂੰ ਧਿਆਇਆ ਲਾਲਾਂ ਵਾਲੇ ਨੂੰ ਤਾਂ ਕੀ ਆਉਣਾ ਸੀ ਝੁੱਗੀ ਸੜ ਗਈ ਕਹਿੰਦਾ ਉਹ ਇੰਨਿਆਂ ਨੂੰ ਧਿਆਇਆ ਕਿਸੇ ਨੇ ਰੱਖਿਆ ਨਾ ਕੀਤੀ ਕਿਉਂ ਇਹ ਭਾਈ ਪਰਮੇਸ਼ਰ ਦੀ ਤੇਜ ਤੋਂ ਬਿਨਾਂ ਬੇਸਿਰ ਕੇ ਆਦਮੀਆਂ ਦਾ ਸਭ ਕੁਛ ਨਾਸ਼ ਹੋ ਜਾਂਦਾ
ਹਰ ਇੱਕੋ ਦਾਤਾ ਮੰਗੀ ਦਾਤਾ ਪਰਮੇਸ਼ਰ ਉਸ ਨੂੰ ਮੰਗਣਾ ਕਰੀਏ ਮਨ ਕਹਿੰਦੇ ਚਿਤਗਣੀ ਕਰੀਏ ਉਹ ਫਲ ਪਾ ਲਈਦੇ ਹਨ ਇਹ ਦੂਜੇ ਪਾਸੋਂ ਮੰਗੀਏ ਛੱਡ ਕੇ ਦੂਜੇ ਦੇਵੀ ਦੇਵਤਿਆਂ ਦੇ ਪਾਸੋਂ ਮੰਗਦੇ ਫਿਰੀਏ ਤਾਂ ਲਾਜ ਮਰਾਈਏ ਲੱਗਿਆ ਵਿੱਚ ਹੀ ਮਰਨਾ ਪਊਗਾ ਕਾਰਜ ਨਹੀਂ ਪੂਰਾ ਹੋਣਾ ਸ਼ਰਮ ਦੇ ਸਹਿਤ ਹੀ ਮਰਨਾ ਹੋਵੇਗਾ ਲਾਜ ਲੋਣ ਹੋ ਜਾਈਏ ਜਿਵੇਂ ਲੱਗਿਆ ਰੁਕੀ ਲੂਣ ਚ ਗਲ ਜਾਣਾ ਚਾਹੀਦਾ ਹੈ ਪਾਣੀ ਜਿਵੇਂ ਗਲ ਜਾਂਦਾ ਲੂਣ ਐ ਲੱਗਿਆ ਵਿੱਚ ਗਲ ਜਾਣਾ ਚਾਹੀਦਾ ਹੈ ਜਿਨ ਸੇਵਿਆ ਤੇ ਫਲ ਪਾਇਆ ਜਿਨ੍ਹਾਂ ਜਿਨ੍ਹਾਂ ਵਾਹਿਗੁਰੂ ਦਾ ਸੇਵਨ ਪੂਜਨ ਕੀਤਾ ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਫਲ ਪਾ ਲਿਆ ਮੁਕਤ ਰੂਪੀ ਫਲ ਪਾ ਲਿਆ ਜਨ ਕੀ ਸਭ ਭੁੱਖ ਗਵਾਈ ਹੈ ਉਸ ਜਨ ਪਿਆਰੇ ਦੀ ਸਾਰੀ ਆਸ਼ਾ ਰੂਪੀ ਭੁੱਖ ਮਾਰਨ ਗਵਾ ਦਿੱਤੀ ਉਹਨੂੰ ਮੁਕਤ ਕਰ ਦਿੱਤਾ ਹੈ ਨਾਨਕ ਤਿੰਨ ਵਿੱਚ ਹੋ ਵਾਰਿਆ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੇ ਵਿੱਚੋਂ ਉੱਪਰੋਂ ਅਸੀਂ ਵਾਰਨੇ ਜਾਂਦੇ ਹਾਂ ਜਿਨ ਅਣ ਦਿਨ ਹਿਰਦਾ ਹਰ ਨਾਮ ਧਿਆਈ ਹੈ ਰਾਜ ਨੇ ਵਾਹਿਗੁਰੂ ਦੇ ਹਰੀ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਤਾਨੋ ਪੁਰਖ ਹਮ ਸੰਸਾਰ ਵਿੱਚ